ਤੁਸੀਂ ਸਿਰਫ 6 ਕਾਗਜ਼ ਦੇ ਚਕੋਰਾਂ ਨਾਲ ਬਿਨਾਂ ਗੂੰਦ ਦੀ ਵਰਤੋਂ ਕੀਤੇ ਬਹੁਤ ਵਧੀਆ ਕਿਊਬ ਬਣਾ ਸਕਦੇ ਹੋ। ਇੱਕ ਚਕੋਰ ਲਓ ਅਤੇ ਉਸ ਨੂੰ ਵਿਚਕਾਰਲੀ ਲਾਈਨ ਦੇ ਨਾਲ ਮੋੜ ਦਿਓ। ਦੋਨੋਂ ਕਿਨਾਰਿਆਂ ਨੂੰ ਇਸ ਵਿਚਕਾਰਲੀ ਲਾਈਨ ਦੇ ਨਾਲ ਨਾਲ ਮੋੜ ਕੇ ਦੋ ਦਰਵਾਜ਼ੇ ਬੰਦ ਕਰ ਦਿਓ। ਕਾਗਜ਼ ਨੂੰ ਘੁਮਾਓ, ਦੋ ਹਿੱਸਿਆਂ ਵਿੱਚ ਮੋੜ ਦਿਓ। ਫਿਰ ਦੋ ਵੱਡੇ ਤ੍ਰਿਕੋਣਾਂ ਨੂੰ ਇੱਕ ਉੱਪਰ ਇੱਕ ਥੱਲੇ ਮੋੜ ਦਿਓ ਤਾਂ ਕਿ ਪੈਰਲੈਲੋਗ੍ਰਾਮ ਬਣ ਜਾਵੇ। ਇੱਕ ਵੱਡੇ ਤ੍ਰਿਕੋਣ ਨੂੰ ਖੋਲ੍ਹੋ, ਛੋਟੇ ਤ੍ਰਿਕੋਣ ਨੂੰ ਉਲਟ ਅੰਦਰ ਨੂੰ ਮੋੜੋ ਅਤੇ ਫਿਰ ਵੱਡੇ ਤ੍ਰਿਕੋਣ ਨੂੰ ਜੇਬ ਵਿੱਚ ਪਾ ਦਿਓ। ਇਹੀ ਸਾਰਾ ਕੁਝ ਦੂਜੇ ਵੱਡੇ ਤ੍ਰਿਕੋਣ ਨਾਲ ਵੀ ਕਰੋ। ਇਸ ਨੂੰ ਖੋਲ੍ਹੋ ਅਤੇ ਫਿਰ ਛੋਟੇ ਤ੍ਰਿਕੋਣ ਨੂੰ ਉਲਟਾ ਮੋੜ ਦਿਓ ਅਤੇ ਅਖੀਰ ਵਿੱਚ ਵੱਡੇ ਤ੍ਰਿਕੋਣ ਨੂੰ ਅੰਦਰ ਪਾ ਦਿਓ। ਪੈਰਲੈਲੋਗ੍ਰਾਮ ਨੂੰ ਘੁਮਾਓ ਅਤੇ ਦੋ ਤ੍ਰਿਕੋਣ ਹਿੱਸਿਆਂ ਨੂੰ ਮੋੜ ਦਿਓ। ਇਸ ਤਰ੍ਹਾਂ ਇੱਕ ਪਾਸੇ 4 ਜੇਬਾਂ ਹੋਣਗੀਆਂ ਅਤੇ ਦੂਜੇ ਪਾਸੇ 2 ਤ੍ਰਿਕੋਣ ਖੰਭ ਹੋਣਗੇ। ਅਜਿਹੇ 6 ਯੂਨਿਟ ਬਣਾਓ। 2 ਯੂਨਿਟ ਲਓ ਅਤੇ ਇੱਕ ਦੇ ਫਲੈਪ ਨੂੰ ਦੂਜੇ ਫਲੈਪ ਵਿੱਚ ਫਸਾਓ। ਹੁਣ 3 ਅਤੇ 4 ਯੂਨਿਟ ਇਕੱਠੀ ਕਰੋ। ਧਿਆਨ ਰਹੇ ਕਿ ਹਰ ਫਲੈਪ ਨੂੰ ਇੱਕ ਜੇਬ ਵਿੱਚ ਪਾਓ। ਸਾਰੇ ਫਲੈਪਾਂ ਨੂੰ ਜੇਬਾਂ ਵਿੱਚ ਜਾਣਾ ਚਾਹੀਦਾ ਹੈ। ਇਹ ਮਾਡਲ ਨੂੰ ਚੰਗੀ ਤਾਕਤ ਦਿੰਦਾ ਹੈ। ਅਖੀਰ ਵਿੱਚ 6ਵੀਂ ਯੂਨਿਟ ਨੂੰ ਕਿਊਬ ਪੂਰਾ ਕਰਨ ਲਈ ਇਕੱਠਾ ਕਰੋ। ਇਹ ਕਿਊਬ ਬਹੁਤ ਸ਼ਾਨਦਾਰ ਲੱਗਦਾ ਹੈ। ਤੁਸੀਂ ਇਸ ਦੇ ਨਾਲ ਅਲੱਗ ਅਲੱਗ ਪਾਸੇ ਬਣਾ ਸਕਦੇ ਹੋ ਅਤੇ ਇੱਕ ਸੋਮਾਸ ਦੀ ਕਿਊਬ ਜੋ ਸਤਾਹੀ ਜਾਂ ਜੋ ਕਿ ਤੱਲੇ ਦੀ ਕਿਊਬ ਚਿਪਕਾ ਕੇ ਬਣਦੀ ਹੈ ਬਣਾ ਸਕਦੇ ਹੋ।